ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ, ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਹੋਮਗਾਰਡ ਨੇ ਡੇਰਾਬੱਸੀ ਥਾਣੇ 'ਚ ਤੈਨਾਤ ਨੇ। ਦੇਰ ਰਾਤ ਕਰੀਬ 3 ਵਜੇ ਇੱਕ ਹਾਦਸਾ ਹੋਇਆ, ਜਿਹਦੇ ਵਿੱਚ ਇੱਕ ਟਰੱਕ ਨੇ ਦੋਨਾਂ ਨੂੰ ਰੌਣ ਡਾਲਾ। ਹਾਲਾਂਕਿ ਸੀਨੀਅਰ ਅਫਸਰ ਇੱਥੇ ਪਹੁੰਚੇ ਹੋਏ ਨੇ। ਮੈਡਮ, ਇਹ ਪੂਰਾ ਮਾਮਲਾ ਕੀ ਸੀ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ? ਕੱਲ ਰਾਤ ਇੱਕ ਬੜਾ ਹੀ ਅਨਫੋਰਚੁਨੇਟ ਇੰਸੀਡੈਂਟ ਹੋਇਆ, ਜਿਹਦੇ ਵਿੱਚ ਇੱਕ ਓਵਰ ਸਪੀਡਿੰਗ ਕੈਂਟਰ ਟਰੱਕ ਨੇ ਸਾਡੇ ਦੋ ਹੋਮਗਾਰਡ ਦੇ ਜਵਾਨ, ਜਿਹੜੇ ਕਿ ਡਿਊਟੀ ਤੇ ਸੀ ਬੜਵਾਲਾ ਰੋਡ ਤੇ, ਉਹਨਾਂ ਦੀ ਹੈਡ ਆਨ ਕੋਲੀਜਨ ਹੋਈ, ਜਿਹਦੇ ਕਾਰਨ ਉਹਨਾਂ ਨੂੰ ਕਾਫੀ ਸਿਵੀਅਰ ਹੈਡ ਇੰਜਰੀਜ਼ ਆਈਆਂ ਤੇ ਜਦ ਅਸੀਂ ਉਹਨਾਂ ਨੂੰ SDH ਡੇਰਾਬੱਸੀ ਲੈ ਕੇ ਗਏ, ਉਹ ਬ੍ਰੌਡ ਡੈਡ ਸੀ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਨਾਕਾ ਲੱਗਿਆ ਹੋਇਆ ਸੀਗਾ, ਰੋਕਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ? ਸਾਡੇ ਦੋਨੋਂ PhD ਜਵਾਨ ਡਿਊਟੀ ਤੇ ਸੀ ਬੜਵਾਲਾ ਰੋਡ ਤੇ, ਤੇ ਅੱਗਿਓਂ ਦੀ ਇਹ ਹੈਡ ਆਨ ਕੋਲੀਜਨ ਹੋਈ ਹੈ ਟਰੱਕ ਦੇ ਨਾਲ। ਹਾਲ ਦੀ ਕੜੀ ਅਸੀਂ ਟਰੱਕ ਨੂੰ ਕਾਬੂ ਕਰ ਲਿਆ ਹੈਗਾ ਤੇ ਬਾਕੀ ਦੀ ਕਾਰਵਾਈ ਅਜੇ ਚੱਲ ਰਹੀ ਹੈ। ਤੇ ਮੈਮ, ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਇਸ ਤਰ੍ਹਾਂ ਦਾ ਕੁਝ? ਦੇਖੋ, ਇਹ ਇੰਸੀਡੈਂਟ ਹੋਇਆ ਅੱਜ ਸਵੇਰੇ 1-2 ਵਜੇ ਤੇ ਅਜੇ ਤੱਕ ਅਸੀਂ ਟਰੱਕ ਨੂੰ ਕਾਬੂ ਕਰ ਪਾਏ ਹਾਂ। ਬਾਕੀ ਇਹਨਾਂ ਦੀ ਫੈਮਿਲੀਜ਼ ਦੇ ਨਾਲ ਅਸੀਂ ਕੋਨਸਟੈਂਟ ਟੱਚ ਵਿੱਚ ਹਾਂ। ਜਿਵੇਂ ਵੀ ਬੰਦ ਦੀ ਕਾਰਵਾਈ ਹੋਏਗੀ ਤੁਹਾਨੂੰ ਅਪਡੇਟ ਕੀਤੀ ਜਾਏਗੀ। ਹਾਲ ਦੀ ਕੜੀ ਅਸੀਂ FIR ਰਜਿਸਟਰ ਕਰ ਰਹੇ ਹਾਂ ਅਤੇ ਇਹਨਾਂ ਦੀ ਕ੍ਰਿਮੀਨੇਸ਼ਨ ਹੋਏਗੀ ਵਿਦ ਫੁੱਲ ਓਨਰਸ। ਠੀਕ ਹੈ ਮੈਮ, ਕਿਹੜੇ ਰੋਡ ਤੇ ਹੋਇਆ ਇਹ ਪੂਰਾ ਹਾਦਸਾ? ਇਹ ਬੜਵਾਲਾ ਰੋਡ ਤੇ ਹੋਇਆ। ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਪਤਾ ਲੱਗੇ ਟਰੱਕ ਕਿੱਥੋਂ ਆ ਰਿਹਾ ਸੀਗਾ, ਇਹ ਟਰੱਕ ਲੋਡਿਡ ਹੈਗਾ ਇਹ ਸਾਰਾ? ਅਜੇ ਉਹ ਜਾ ਰਹੀ ਹੈ। ਜਾ ਰਹੀ ਹੈ, ਠੀਕ ਹੈ। ਤਾਂ ਬਿਲਕੁਲ ਜਿੱਦਾਂ ਮੈਮ ਨੇ ਦੱਸਿਆ ਕਿ ਪੂਰਾ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੋਰ ਵੀ ਕਈ ਚੀਜ਼ਾਂ ਦੇ ਇਨਵੈਸਟੀਗੇਟ ਕੀਤਾ ਜਾ ਰਿਹਾ। ਕਰੀਬ 3:30 ਵਜੇ ਦਾ ਇਹ ਪੂਰਾ ਹਾਦਸਾ ਹੋਇਆ, ਜਿਹਦੇ ਵਿੱਚ ਹੁਣ ਪੁਲਿਸ ਜਿਹੜਾ ਇਹਦੇ ਵਿੱਚ ਕੰਮ ਕਰ ਰਹੀ ਹੈ, ਮੋਰਚਰੀ 'ਚ ਬੋਡੀ ਰਖਾ ਕੇ ਪੋਸਟਮਾਰਟਮ ਕਰਾਇਆ ਜਾ ਰਿਹਾ ਤੇ ਫੈਮਿਲੀ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ। ਪੂਰਾ ਮੈਟਰ ਕੀ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਟ ਕਰਦੀ ਨਜ਼ਰ ਆ ਰਹੀ ਹੈ। ਡੇਰਾਬੱਸੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ, ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਹੋਮਗਾਰਡ ਨੇ ਡੇਰਾਬੱਸੀ ਥਾਣੇ 'ਚ ਤੈਨਾਤ ਨੇ। ਦੇਰ ਰਾਤ ਕਰੀਬ 3 ਵਜੇ ਇੱਕ ਹਾਦਸਾ ਹੋਇਆ, ਜਿਹਦੇ ਵਿੱਚ ਇੱਕ ਟਰੱਕ ਨੇ ਦੋਨਾਂ ਨੂੰ ਰੌਣ ਡਾਲਾ। ਹਾਲਾਂਕਿ ਸੀਨੀਅਰ ਅਫਸਰ ਇੱਥੇ ਪਹੁੰਚੇ ਹੋਏ ਨੇ। ਮੈਡਮ, ਇਹ ਪੂਰਾ ਮਾਮਲਾ ਕੀ ਸੀ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ? ਕੱਲ ਰਾਤ ਇੱਕ ਬੜਾ ਹੀ ਅਨਫੋਰਚੁਨੇਟ ਇੰਸੀਡੈਂਟ ਹੋਇਆ, ਜਿਹਦੇ ਵਿੱਚ ਇੱਕ ਓਵਰ ਸਪੀਡਿੰਗ ਕੈਂਟਰ ਟਰੱਕ ਨੇ ਸਾਡੇ ਦੋ ਹੋਮਗਾਰਡ ਦੇ ਜਵਾਨ, ਜਿਹੜੇ ਕਿ ਡਿਊਟੀ ਤੇ ਸੀ ਬੜਵਾਲਾ ਰੋਡ ਤੇ, ਉਹਨਾਂ ਦੀ ਹੈਡ ਆਨ ਕੋਲੀਜਨ ਹੋਈ, ਜਿਹਦੇ ਕਾਰਨ ਉਹਨਾਂ ਨੂੰ ਕਾਫੀ ਸਿਵੀਅਰ ਹੈਡ ਇੰਜਰੀਜ਼ ਆਈਆਂ ਤੇ ਜਦ ਅਸੀਂ ਉਹਨਾਂ ਨੂੰ SDH ਡੇਰਾਬੱਸੀ ਲੈ ਕੇ ਗਏ, ਉਹ ਬ੍ਰੌਡ ਡੈਡ ਸੀ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਨਾਕਾ ਲੱਗਿਆ ਹੋਇਆ ਸੀਗਾ, ਰੋਕਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ? ਸਾਡੇ ਦੋਨੋਂ PhD ਜਵਾਨ ਡਿਊਟੀ ਤੇ ਸੀ ਬੜਵਾਲਾ ਰੋਡ ਤੇ, ਤੇ ਅੱਗਿਓਂ ਦੀ ਇਹ ਹੈਡ ਆਨ ਕੋਲੀਜਨ ਹੋਈ ਹੈ ਟਰੱਕ ਦੇ ਨਾਲ। ਹਾਲ ਦੀ ਕੜੀ ਅਸੀਂ ਟਰੱਕ ਨੂੰ ਕਾਬੂ ਕਰ ਲਿਆ ਹੈਗਾ ਤੇ ਬਾਕੀ ਦੀ ਕਾਰਵਾਈ ਅਜੇ ਚੱਲ ਰਹੀ ਹੈ। ਤੇ ਮੈਮ, ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਇਸ ਤਰ੍ਹਾਂ ਦਾ ਕੁਝ? ਦੇਖੋ, ਇਹ ਇੰਸੀਡੈਂਟ ਹੋਇਆ ਅੱਜ ਸਵੇਰੇ 1-2 ਵਜੇ ਤੇ ਅਜੇ ਤੱਕ ਅਸੀਂ ਟਰੱਕ ਨੂੰ ਕਾਬੂ ਕਰ ਪਾਏ ਹਾਂ। ਬਾਕੀ ਇਹਨਾਂ ਦੀ ਫੈਮਿਲੀਜ਼ ਦੇ ਨਾਲ ਅਸੀਂ ਕੋਨਸਟੈਂਟ ਟੱਚ ਵਿੱਚ ਹਾਂ। ਜਿਵੇਂ ਵੀ ਬੰਦ ਦੀ ਕਾਰਵਾਈ ਹੋਏਗੀ ਤੁਹਾਨੂੰ ਅਪਡੇਟ ਕੀਤੀ ਜਾਏਗੀ। ਹਾਲ ਦੀ ਕੜੀ ਅਸੀਂ FIR ਰਜਿਸਟਰ ਕਰ ਰਹੇ ਹਾਂ ਅਤੇ ਇਹਨਾਂ ਦੀ ਕ੍ਰਿਮੀਨੇਸ਼ਨ ਹੋਏਗੀ ਵਿਦ ਫੁੱਲ ਓਨਰਸ। ਠੀਕ ਹੈ ਮੈਮ, ਕਿਹੜੇ ਰੋਡ ਤੇ ਹੋਇਆ ਇਹ ਪੂਰਾ ਹਾਦਸਾ? ਇਹ ਬੜਵਾਲਾ ਰੋਡ ਤੇ ਹੋਇਆ। ਠੀਕ ਹੈ, ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਪਤਾ ਲੱਗੇ ਟਰੱਕ ਕਿੱਥੋਂ ਆ ਰਿਹਾ ਸੀਗਾ, ਇਹ ਟਰੱਕ ਲੋਡਿਡ ਹੈਗਾ ਇਹ ਸਾਰਾ? ਅਜੇ ਉਹ ਜਾ ਰਹੀ ਹੈ। ਜਾ ਰਹੀ ਹੈ, ਠੀਕ ਹੈ। ਤਾਂ ਬਿਲਕੁਲ ਜਿੱਦਾਂ ਮੈਮ ਨੇ ਦੱਸਿਆ ਕਿ ਪੂਰਾ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੋਰ ਵੀ ਕਈ ਚੀਜ਼ਾਂ ਦੇ ਇਨਵੈਸਟੀਗੇਟ ਕੀਤਾ ਜਾ ਰਿਹਾ। ਕਰੀਬ 3:30 ਵਜੇ ਦਾ ਇਹ ਪੂਰਾ ਹਾਦਸਾ ਹੋਇਆ, ਜਿਹਦੇ ਵਿੱਚ ਹੁਣ ਪੁਲਿਸ ਜਿਹੜਾ ਇਹਦੇ ਵਿੱਚ ਕੰਮ ਕਰ ਰਹੀ ਹੈ, ਮੋਰਚਰੀ 'ਚ ਬੋਡੀ ਰਖਾ ਕੇ ਪੋਸਟਮਾਰਟਮ ਕਰਾਇਆ ਜਾ ਰਿਹਾ ਤੇ ਫੈਮਿਲੀ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ। ਪੂਰਾ ਮੈਟਰ ਕੀ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਟ ਕਰਦੀ ਨਜ਼ਰ ਆ ਰਹੀ ਹੈ। ਡੇਰਾਬੱਸੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।